ਅੱਜ ਹਲਕਾ ਬਟਾਲਾ ਦੇ ਸਮੂਹ ਆਮ ਆਦਮੀ ਪਾਰਟੀ ਵਰਕਰ ਅਤੇ ਯੂਨਾਈਟਿਡ ਅਕਾਲੀ ਦਲ ਮਾਨ ਦੇ ਵਲੰਟੀਅਰਾਂ ਵੱਲੋਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਤੇ ਬਰਗਾੜੀ ਕੋਲੀ ਕਾਂਡ ਦੇ ਦੋਸ਼ੀਆਂ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ ਅਤੇ ਦੋਵਾਂ ਬਾਦਲਾਂ ਅਤੇ ਮਜੀਠੀਆ ਦੇ ਪੁਤਲੇ ਫੂਕੇ ਗਏ। ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ ਸ਼ੇਰੀ ਕਲਸੀ ਦੀ ਅਗਵਾਈ 'ਚ ਇਕੱਠੇ ਹੋਏ ਆਮ ਆਦਮੀ ਪਾਰਟੀ ਦੇ ਵਲੰਟੀਅਰਾਂ 'ਚ ਭਾਰੀ ਜੋਸ਼ ਸੀ। ਬੁਲਾਰਿਆਂ ਨੇ ਕਿਹਾ ਕਿ ਸੈਂਕੜੋ ਸਾਲਾਂ ਵਿੱਚ ਅਜਿਹੀ ਦੁਖਦਾਈ ਘਟਨਾ ਨਹੀਂ ਵਾਪਰੀਆਂ ਸਨ, ਪਰ ਬਾਦਲਾਂ ਨੇ ਵੋਟਾਂ ਖਾਤਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਸੈਂਕੜੋ ਘਟਨਾਵਾਂ 'ਤੇ ਪਰਦਾ ਪਾਇਆ ਹੈ ਜੋ ਕਿ ਇਹਨਾਂ ਦੇ ਰਾਜ ਵਿੱਚ ਅਤੇ ਜਾਣਕਾਰੀ ਵਿੱਚ ਵਾਪਰੀਆਂ। ਮੈਂ ਗੱਲ ਬਾਦਲਾਂ ਨੂੰ ਕਹਿਣਾ ਚਾਹੁੰਦਾ, ਸਰਕਾਰ ਜ਼ਮੀਨ ਜ਼ਮੀਰਾ ਜਾਇਦਾਦਾਂ ਸਭ ਇੱਥੇ ਰਹਿ ਜਾਣੀਆਂ, ਜਾਣਾ ਉਸੇ ਕਾਲਪੁਰ ਕੋਲ ਹੀ ਆ। ਸੋ ਜੇ ਗਲਤੀਆਂ ਕੀਤੀਆਂ ਤਾਂ ਲੋਕਾਂ ਤੋਂ ਮਾਫ਼ੀ ਮੰਗ ਲਓ, ਨਹੀਂ ਤਾਂ ਲੋਕਾਂ ਨੇ ਤੁਹਾਨੂੰ ਘਰਾਂ 'ਚ ਵੜਨ ਨਹੀਂ ਜੇ ਦੇਣਾ। ਮੈਂ ਤੁਹਾਨੂੰ ਇੰਨੀ ਬੇਨਤੀ ਕਰੂੰਗਾ, ਆਮ ਆਦਮੀ ਪਾਰਟੀ ਜਦੋਂ ਤੱਕ ਇਹਨਾਂ ਨੂੰ ਸਜ਼ਾ ਨਹੀਂ ਮਿਲਦੀ, ਆਮ ਆਦਮੀ ਪਾਰਟੀ ਇਹਨਾਂ ਦਾ ਵਿਰੋਧ ਕਰਦੀ ਰਹੂਗੀ। ਜਾਗਤੀ ਲੈਣ ਲਈ ਬਟਾਲਾ ਤੋਂ ਵਿੱਕੀ ਮਲਿਕ ਦੀ ਰਿਪੋਰਟ।